4 ਸਾਲ ਦੀ ਬੱਚੀ ਨਾਲ ਰੇਪ ਕਰਨ ਵਾਲੇ ਮੁਲਜ਼ਮ ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਤੇ ਹੁਣ ਪੁਲਿਸ ਨੇ ਇਸ ਮੁਲਜ਼ਮ ਦੀ ਭਾਲ ਜਗ੍ਹਾ ਜਗ੍ਹਾ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਤੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਦਿੰਦਾ ਉਸਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਤੁਸੀਂ ਵੀ ਵੇਖੋ ਇਸ ਤਸਵੀਰ ਨੂੰ, ਜੇਕਰ ਇਹ ਵਿਅਕਤੀ ਤੁਹਾਡੇ ਕਿਤੇ ਨਜ਼ਦੀਕ ਘੁੰਮ ਰਿਹਾ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿਓ ਤਾਂ ਜੋ 4 ਸਾਲ ਦੀ ਬੱਚੀ ਨੂੰ ਇਨਸਾਫ਼ ਮਿਲ ਸਕੇ। ਇਸ ਸੰਬੰਧੀ ਪੁਲਿਸ ਨੇ 4 ਟੀਮਾਂ ਗਠਿਤ ਕੀਤੀਆਂ ਨੇ ਤਾਂ ਜੋ ਜਲਦ ਤੋਂ ਜਲਦ ਇਸ ਨੂੰ ਫੜਿਆ ਜਾ ਸਕੇ। ਦੱਸ ਦਈਏ ਕਿ ਇਸ ਦਾ ਨਾਮ ਸਤਨਾਮ ਸਿੰਘ ਹੈ ਤੇ ਯੂਪੀ ਦਾ ਰਹਿਣ ਵਾਲਾ ਹੈ ਤੇ ਇਸ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦੀ 4 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕੀਤੀ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਤੇ ਇਸ ਸੰਬੰਧੀ ਹੁਣ ਪੁਲਿਸ ਨੇ ਇਸ ਦੀ ਇੱਕ ਫੋਟੋ ਜਾਰੀ ਕੀਤੀ ਹੈ ਅਤੇ ਇਸ ਦੇ ਉੱਤੇ 2 ਲੱਖ ਰੁਪਏ ਦਾ ਇਨਾਮ ਰੱਖਿਆ। ਜੇਕਰ ਇਹ ਸ਼ਖਸ ਤੁਹਾਡੇ ਨਜ਼ਦੀਕ ਘੁੰਮ ਰਿਹਾ ਹੈ ਤਾਂ ਇਹਨਾਂ ਫੋਨ ਨੰਬਰਾਂ 'ਤੇ ਤੁਸੀਂ ਪੁਲਿਸ ਨੂੰ ਸੂਚਿਤ ਕਰ ਸਕਦੇ ਹੋ ਤੇ ਇਸ ਦੇ ਵਿੱਚ ਤੁਹਾਨੂੰ 2 ਲੱਖ ਰੁਪਏ ਤੱਕ ਦਾ ਇਨਾਮ ਮਿਲ ਸਕਦਾ ਹੈ। ਤਾਂ ਦੱਸ ਦਈਏ ਕਿ ਇਸ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ 4 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕੀਤੀ ਗਈ ਹੈ। ਤਾਂ ਬੜਾ ਹੀ ਗੰਦਾ ਕੰਮ ਇਸ ਵੱਲੋਂ ਕੀਤਾ ਗਿਆ ਇੱਕ 4 ਸਾਲ ਦੀ ਮਾਸੂਮ ਬੱਚੀ ਨਾਲ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਹ ਦੇਸ਼ ਦੇ ਕਿਸੇ ਵੀ ਕੋਨੇ 'ਤੇ ਹੋ ਸਕਦਾ ਹੈ। ਵੇਖੋ ਇਸ ਤਸਵੀਰ ਨੂੰ, ਜੇਕਰ ਇਹ ਸ਼ਖਸ ਤੁਹਾਡੇ ਨਜ਼ਦੀਕ ਹੈ ਤਾਂ ਨੀਚੇ ਦਿੱਤੇ ਫੋਨ ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿਓ। ਬੜਾ ਇਹ ਦੁਖਦਾਈ ਇੰਸੀਡੈਂਟ ਹੈ, ਉਸ 4 ਸਾਲ ਦੀ ਬੱਚੀ ਨਾਲ ਰੇਪ ਹੋਇਆ। ਤਾਂ ਉਹਦੇ ਲਈ ਪੁਲਿਸ, ਇਹ ਸਾਡੀ ਤਫਤੀਸ਼ ਦਾ ਪਾਰਟ ਹੀ ਹੁੰਦਾ ਹੈ, ਕਈ ਸੰਸਥਾਵਾਂ ਅੱਗੇ ਆਈਆਂ ਹਨ ਜਿਹਦੇ ਸਹਿਯੋਗ ਦੇ ਨਾਲ ਇਹ ਪ੍ਰਧਾਨ ਨੇ ਡਿਕਲੇਅਰ ਕੀਤਾ ਹੈ IO ਵੱਲੋਂ ਕਿ ਮੈਂ ਜਿਹੜਾ ਕੋਈ ਇਹਦੇ 'ਚ ਫੜਾਉਣ ਦੀ ਮਦਦ ਕਰੇਗਾ ਉਹ ਇਨਫੋਰਮੇਸ਼ਨ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਜੋ ਸੰਸਥਾਵਾਂ ਦੀ ਮਦਦ ਨਾਲ ਇਨਾਮ ਘੋਸ਼ਿਤ ਕੀਤਾ ਗਿਆ ਉਹ ਉਹਨੂੰ ਦਿੱਤਾ ਜਾਏਗਾ। ਸਰ ਛਾਣਬੀਣ ਕਿੱਥੇ 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 ਸਰ ਵੈਸੇ ਉਹ ਪੇਪਰ ਕਿੱਥੇ ਗਏ, ਰਿਲੀਜ਼ ਕਿੱਥੇ ਗਏ, ਕਿਹੜੀ 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 ਜਗ੍ਹਾ ਕਿਹੜੀ ਕਿਹੜੀ ਜਗ੍ਹਾ ਪੇਪਰ ਦਿੱਤੇ ਗਏ ਸਰ, ਵਾਂਟਡ ਦੇ ਪੇਪਰ? ਇਹ ਜਿਹੜੇ ਪੇਪਰ ਜਿਹੜਾ ਇਸ਼ਤਿਹਾਰ ਹੈ, ਇਸ਼ਤਿਹਾਰ ਅੱਜ ਕੱਲ੍ਹ ਇਸ਼ਤਿਹਾਰ, ਇਹ ਅਸੀਂ ਜਿਹੜੇ ਪਬਲਿਕ ਪਲੇਸਿਸ ਹੈਗੇ ਆ, ਬੱਸ ਸਟੈਂਡ, ਸਟੇਸ਼ਨ, ਰੇਲਵੇ ਸਟੇਸ਼ਨ ਔਰ ਥਰੂ ਆਊਟ ਉਹਦੇ ਪਿੰਡ ਤੱਕ ਜਿੰਨੇ ਵੀ ਸਟੇਸ਼ਨ ਪੈਂਦੇ ਆ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਇਹਨਾਂ ਨੂੰ ਛਾਇਆ ਕਰ ਰਹੇ ਹਾਂ। ਉਮੀਦ ਹੈ ਸਰ ਵੀ ਜਲਦੀ ਫੜਿਆ ਜਾਏਗਾ? ਬਹੁਤ ਉਮੀਦ ਆ, ਕਈ ਕੱਲ੍ਹ ਬੰਦਿਆਂ ਦੇ ਫੋਨ ਵੀ ਆਏ, ਤੁਸੀਂ ਤੁਹਾਡੀ ਮਾਧਿਅਮ ਨਾਲ ਅਸੀਂ ਇਹਨੂੰ ਜਿਹੜਾ ਹੈ ਸਰਕੂਲੇਟ ਕੀਤਾ ਹੈ IO ਵੱਲੋਂ, ਤਾਂ ਉਹਦੇ ਵਿੱਚ ਕਈ ਬੰਦਿਆਂ ਦੇ ਸਾਨੂੰ ਫੋਨ ਵੀ ਆਏ ਆ, ਤਾਂ ਲੋਕ ਸਹਿਯੋਗ ਕਰ ਰਹੇ ਆ, ਸਮਾਜ ਸਹਿਯੋਗ ਕਰ ਰਿਹਾ। 4 ਸਾਲ ਦੀ ਬੱਚੀ ਨਾਲ ਰੇਪ ਕਰਨ ਵਾਲੇ ਮੁਲਜ਼ਮ ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਤੇ ਹੁਣ ਪੁਲਿਸ ਨੇ ਇਸ ਮੁਲਜ਼ਮ ਦੀ ਭਾਲ ਜਗ੍ਹਾ ਜਗ੍ਹਾ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਤੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਦਿੰਦਾ ਉਸਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਤੁਸੀਂ ਵੀ ਵੇਖੋ ਇਸ ਤਸਵੀਰ ਨੂੰ, ਜੇਕਰ ਇਹ ਵਿਅਕਤੀ ਤੁਹਾਡੇ ਕਿਤੇ ਨਜ਼ਦੀਕ ਘੁੰਮ ਰਿਹਾ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿਓ ਤਾਂ ਜੋ 4 ਸਾਲ ਦੀ ਬੱਚੀ ਨੂੰ ਇਨਸਾਫ਼ ਮਿਲ ਸਕੇ। ਇਸ ਸੰਬੰਧੀ ਪੁਲਿਸ ਨੇ 4 ਟੀਮਾਂ ਗਠਿਤ ਕੀਤੀਆਂ ਨੇ ਤਾਂ ਜੋ ਜਲਦ ਤੋਂ ਜਲਦ ਇਸ ਨੂੰ ਫੜਿਆ ਜਾ ਸਕੇ। ਦੱਸ ਦਈਏ ਕਿ ਇਸ ਦਾ ਨਾਮ ਸਤਨਾਮ ਸਿੰਘ ਹੈ ਤੇ ਯੂਪੀ ਦਾ ਰਹਿਣ ਵਾਲਾ ਹੈ ਤੇ ਇਸ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦੀ 4 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕੀਤੀ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਤੇ ਇਸ ਸੰਬੰਧੀ ਹੁਣ ਪੁਲਿਸ ਨੇ ਇਸ ਦੀ ਇੱਕ ਫੋਟੋ ਜਾਰੀ ਕੀਤੀ ਹੈ ਅਤੇ ਇਸ ਦੇ ਉੱਤੇ 2 ਲੱਖ ਰੁਪਏ ਦਾ ਇਨਾਮ ਰੱਖਿਆ। ਜੇਕਰ ਇਹ ਸ਼ਖਸ ਤੁਹਾਡੇ ਨਜ਼ਦੀਕ ਘੁੰਮ ਰਿਹਾ ਹੈ ਤਾਂ ਇਹਨਾਂ ਫੋਨ ਨੰਬਰਾਂ 'ਤੇ ਤੁਸੀਂ
ਪੁਲਿਸ ਨੂੰ ਸੂਚਿਤ ਕਰ ਸਕਦੇ ਹੋ ਤੇ ਇਸ ਦੇ ਵਿੱਚ ਤੁਹਾਨੂੰ 2 ਲੱਖ ਰੁਪਏ ਤੱਕ ਦਾ ਇਨਾਮ ਮਿਲ ਸਕਦਾ ਹੈ। ਤਾਂ ਦੱਸ ਦਈਏ ਕਿ ਇਸ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ 4 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕੀਤੀ ਗਈ ਹੈ। ਤਾਂ ਬੜਾ ਹੀ ਗੰਦਾ ਕੰਮ ਇਸ ਵੱਲੋਂ ਕੀਤਾ ਗਿਆ ਇੱਕ 4 ਸਾਲ ਦੀ ਮਾਸੂਮ ਬੱਚੀ ਨਾਲ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਹ ਦੇਸ਼ ਦੇ ਕਿਸੇ ਵੀ ਕੋਨੇ ਤੇ ਹੋ ਸਕਦਾ ਹੈ। ਵੇਖੋ ਇਸ ਤਸਵੀਰ ਨੂੰ, ਜੇਕਰ ਇਹ ਸ਼ਖਸ ਤੁਹਾਡੇ ਨਜ਼ਦੀਕ ਹੈ ਤਾਂ ਨੀਚੇ ਦਿੱਤੇ ਫੋਨ ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿਓ। ਬੜਾ ਇਹ ਦੁਖਦਾਈ ਇੰਸੀਡੈਂਟ ਹੈ। ਉਸ 4 ਸਾਲ ਦੀ ਬੱਚੀ ਨਾਲ ਰੇਪ ਹੋਇਆ। ਉਹਦੇ ਲਈ ਪੁਲਿਸ, ਇਹ ਸਾਡੀ ਤਫਤੀਸ਼ ਦਾ ਪਾਰਟ ਹੀ ਹੁੰਦਾ ਹੈ, ਕਈ ਸੰਸਥਾਵਾਂ ਅੱਗੇ ਆਈਆਂ ਹਨ ਜਿਹਦੇ ਸਹਿਯੋਗ ਦੇ ਨਾਲ ਇਹ ਪ੍ਰਧਾਨ ਨੇ ਡਿਕਲੇਅਰ ਕੀਤਾ ਹੈ IO ਵੱਲੋਂ ਕਿ ਮੈਂ ਜਿਹੜਾ ਕੋਈ ਇਹਦੇ 'ਚ ਫੜਾਉਣ ਦੀ ਮਦਦ ਕਰੇਗਾ ਉਹ ਇਨਫੋਰਮੇਸ਼ਨ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਜੋ ਸੰਸਥਾਵਾਂ ਦੀ ਮਦਦ ਨਾਲ ਇਨਾਮ ਘੋਸ਼ਿਤ ਕੀਤਾ ਗਿਆ ਉਹ ਉਹਨੂੰ ਦਿੱਤਾ ਜਾਏਗਾ। ਸਰ, ਛਾਣਬੀਣ ਕਿੱਥੇ ਸਰ ਵੈਸੇ ਉਹ ਪੇਪਰ ਕਿਤੇ ਗਏ, ਰਿਲੀਜ਼ ਕਿਤੇ ਗਏ, ਕਿਹੜੀ ਜਗ੍ਹਾ ਕਿਹੜੀ ਜਗ੍ਹਾ ਪੇਪਰ ਦਿੱਤੇ ਗਏ ਸਰ, ਵਾਂਟਡ ਦੇ ਪੇਪਰ? ਇਹ ਜਿਹੜੇ ਪੇਪਰ, ਜਿਹੜਾ ਇਸ਼ਤਿਹਾਰ ਹੈ, ਇਸ਼ਤਿਹਾਰ ਇਹ ਅਸੀਂ ਜਿਹੜੇ ਪਬਲਿਕ ਪਲੇਸਿਸ ਹੈਗੇ ਆ, ਬੱਸ ਸਟੈਂਡ, ਸਟੇਸ਼ਨ, ਰੇਲਵੇ ਸਟੇਸ਼ਨ ਔਰ ਥਰੂ ਆਊਟ ਉਹਦੇ ਪਿੰਡ ਤੱਕ ਜਿੰਨੇ ਵੀ ਸਟੇਸ਼ਨ ਪੈਂਦੇ ਆ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਇਹਨਾਂ ਨੂੰ ਛਾਇਆ ਕਰ ਰਹੇ ਹਾਂ। ਉਮੀਦ ਹੈ ਸਰ ਵੀ ਜਲਦੀ ਫੜਾ ਜਾਏਗਾ? ਬਹੁਤ ਉਮੀਦ ਹੈ। ਕਈ ਕੱਲ੍ਹ ਬੰਦਿਆਂ ਦੇ ਫੋਨ ਵੀ ਆਏ, ਤੁਸੀਂ ਤੁਹਾਡੀ ਮਾਧਿਅਮ ਨਾਲ ਅਸੀਂ ਇਹਨੂੰ ਜਿਹੜਾ ਹੈ ਸਰਕੂਲੇਟ ਕੀਤਾ ਹੈ IO ਵੱਲੋਂ, ਤੋ ਉਹਦੇ ਵਿੱਚ ਕਈ ਬੰਦਿਆਂ ਦੇ ਸਾਨੂੰ ਫੋਨ ਵੀ ਆਏ ਆ ਤੋ ਲੋਕ ਸਹਿਯੋਗ ਕਰ ਰਹੇ ਆ, ਸਮਾਜ ਸਹਿਯੋਗ ਕਰ ਰਿਹਾ।